ਕਿੱਥੋਂ ਆਉਂਦਾ ਨਸ਼ਾ? ਦੇਖੋ ਜੀ, ਜੌਲੀਆਂ ਤੋਂ ਆਉਂਦਾ ਨਸ਼ਾ, ਕੁੱਤੀ ਚੋਰਾਂ ਨਾਲ ਹਰਾ ਰਹੀ ਹੈ, ਭਗਵੰਤ ਮਾਨ ਦਾ ਵੀ ਵਿੱਚ ਹੱਥ ਹੈ। ਕਿਉਂ ਨਹੀਂ ਰੁਕ ਰਿਹਾ ਨਸ਼ਾ? ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ। ਉੱਥੇ ਚੌਂਕੀ ਵੀ ਬਣੀ ਹੋਈ ਹੈ ਜੌਲੀਆਂ ਪਾ ਦੀਆਂ, ਚੌਂਕੀ 'ਚ ਬੰਦੇ ਢਾਈ ਨੇ ਜੀ ਉੱਥੇ। ਜੇ ਉੱਥੇ ਪੁਲਿਸ ਵੱਧ ਹੋਊਗੀ, ਪ੍ਰਸ਼ਾਸਨ ਵੱਧ ਹੋਊਗੀ, ਤਾਂ ਹੀ ਰੁਕੂਗਾ। ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦੇਣਗੇ ਇਹ ਨਸ਼ਾ ਵਾਲੇ ਬੰਦੇ। ਤਾਂ ਕਿੱਦਾਂ ਲਾਉਣ ਆਉਂਦੇ ਨੇ? ਤੇਰੀ ਮਾਂ ਕਿੱਥੇ ਹੁੰਦੀ ਆ? ਤਾਂ ਤਾਂ ਡੈਡੀ ਉਹ ਕੁਛ ਕਹਿੰਦੇ ਨਹੀਂ ਸਾਨੂੰ ਵੀ ਤੁਹਾਡੇ ਘਰੇ ਕੌਣ ਨਿਕਲਦਾ ਕੌਣ ਵੜਦਾ, ਨਾ ਕਹਿੰਦੇ ਨਹੀਂ ਫਿਰ ਤੁਹਾਡੇ ਘਰੇ ਗੁਆਂਢੀ ਨੂੰ ਦੱਸਦੇ ਵੀ ਜਾ ਕੇ ਵੀ ਉਹਦੇ ਮੇਲਾ ਲਾਈ ਰੱਖਦਾ ਹੈ, ਦੱਸਦੇ ਨਹੀਂ ਫਿਰ ਕਰਦੇ ਤਾਂ ਹੈ ਨਹੀਂ, ਤੁਹਾਡੇ ਘਰ ਦੇ ਕੋਈ ਰੱਖਦਾ ਤਾਂ ਹੈ ਨਹੀਂ। ਕੀ ਕਹਿੰਦੇ ਕਰਕੇ 5 ਵਜੇ ਦਾ ਕਿਤੇ ਬਾਰਾਂ ਬਹਿ ਜਾਂਦੇ ਯਾਰ ਉਹ ਯਾਰ ਕੱਲ ਵੀ ਤਾਂ 6 ਵਜੇ ਗੇੜਾ ਮਾਰ ਕੇ ਗਿਆ, ਕਿੰਨੇ ਮੋਟਰ ਹੈਂਡ ਖੜੇ ਸੀਗੇ ਸਾਰੇ ਦੇ ਨਾਮ ਗੁਰਦੀਪ ਆ ਸਗਰੌਦੀ ਦਾ, ਅੱਛਾ ਹੋਰ ਇੱਕ ਹੋਰ ਆ ਤੇ ਬੇੜੇ ਚ ਉਹਦਾ ਨਾਂ ਨੀ ਜਾਣਦਾ ਮੈਂ, ਕਾਲੂ ਕਾਲੂ ਕਹਿੰਦੇ ਨੇ। ਤੇਰੇ ਪਿੰਡ ਦੇ ਕਿਹੜੇ ਕਿਹੜੇ ਨੇ? ਤੇਰੇ ਪਿੰਡ ਦੇ ਕਿਹੜੇ ਕਿਹੜੇ ਚਿੱਟਾ ਲਾਉਂਦੇ ਨੇ ਬਾਈ? ਬਿੰਦਰ ਕੌਰ ਹੈ ਜੀ। ਬਿੰਦਰ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਕਿੱਥੋਂ ਆਉਂਦਾ ਨਸ਼ਾ? ਦੇਖੋ ਜੀ, ਜੌਲੀਆਂ ਤੋਂ ਆਉਂਦਾ ਨਸ਼ਾ, ਕੁੱਤੀ ਚੋਰਾਂ ਨਾਲ ਹਰਾ ਰਹੀ ਹੈ, ਭਗਵੰਤ ਮਾਨ ਦਾ ਵੀ ਵਿੱਚ ਹੱਥ ਹੈ। ਕਿਉਂ ਨਹੀਂ ਰੁਕ ਰਿਹਾ ਨਸ਼ਾ? ਇਹ ਪ੍ਰਸ਼ਾਸਨ ਨਹੀਂ ਰੋਕ ਰਿਹਾ ਜੀ। ਉੱਥੇ ਚੌਂਕੀ ਵੀ ਬਣੀ ਹੋਈ ਹੈ ਜੌਲੀਆਂ ਪਾ ਦੀਆਂ, ਚੌਂਕੀ 'ਚ ਬੰਦੇ ਢਾਈ ਨੇ ਜੀ ਉੱਥੇ। ਜੇ ਉੱਥੇ ਪੁਲਿਸ ਵੱਧ ਹੋਊਗੀ, ਪ੍ਰਸ਼ਾਸਨ ਵੱਧ ਹੋਊਗੀ, ਤਾਂ ਹੀ ਰੁਕੂਗਾ। ਅੱਜ ਕੱਲ ਉਹਨਾਂ ਤੇ ਵੀ ਹਮਲਾ ਕਰ ਦੇਣਗੇ ਇਹ ਨਸ਼ਾ ਵਾਲੇ ਬੰਦੇ। ਤਾਂ ਜਦ ਘਰੇ ਉਹ ਕੁੱਟਮਾਰ ਕਰਦੇ ਨੇ ਤਾਂ ਪੁਲਿਸ ਨੂੰ ਵੀ ਮਾਰ ਸਕਦੇ ਨੇ ਉਹ। ਲੱਗਦਾ ਤੁਹਾਨੂੰ ਤਾਂ ਹੀ ਨਹੀਂ ਲੋਕ ਬੋਲਦੇ, ਡਰਦੇ ਮਰੋ? ਹਾਂ, ਅਸੀਂ ਕਹਿੰਦੇ ਵੀ ਸਾਨੂੰ ਲੈ ਕੇ ਚੱਲੋ, ਅਸੀਂ ਪਿੰਡਾਂ ਪਿੰਡਾਂ 'ਚ ਬੁੜੀਆਂ ਹਟ ਚੱਲਦੇ ਹਾਂ, ਉਹ ਡਰਦੀ ਨੇ ਸਾਨੂੰ ਲੈ ਕੇ ਚੱਲੋ, ਅਸੀਂ ਜਮੀ ਨਹੀਂ ਡਰਦੇ ਜਿਹੜੇ ਨਸ਼ਾ ਵੇਚਦੇ ਨੇ। ਸਾਡੇ ਘਰ ਖਰਾਬ ਹੋ ਰਹੇ ਨੇ ਹੁਣ, ਜੇ ਮੇਰੇ ਦਿਓਰ ਮੁੱਕਿਆ ਜੀ, ਇਹ 21-22 ਸਾਲਾਂ ਦਾ ਸੀ, ਪਹਿਲਾਂ ਇਹਦਾ ਬਾਪ ਮਾਰਤਾ ਸੀ, ਉਦੋਂ ਕੋਈ ਹੱਲ ਹੁਣ ਉੱਥੇ ਨਹੀਂ ਕੋਈ ਹੱਲ ਹੋਇਆ। ਹੁਣ ਤੁਸੀਂ ਘਰ ਜਾ ਕੇ ਦੇਖੋ, ਇਹਦਾ ਘਰੇ ਮੁਰਦਾ ਵੱਜ ਗਿਆ ਜੀ, ਕੌਣ ਕਮਾ ਕੇ ਖਾਵਾਂਗਾ? ਇਹਦੇ ਘਰੇ ਇਕੱਲੀ ਚਾਚੀ ਸਾਡੀ ਵਿਚਾਰੀ, ਹੁਣ ਉਹ ਕੀ ਕਰ ਲੂਗੀ ਜੀ? ਖਤਮ ਹੈ ਜੀ ਕਹਾਣੀ, ਉਹ ਕੀ ਕਰ ਲੂਗੀ? ਅਸੀਂ ਕਹਿੰਦੇ ਵੀ ਹੱਥ ਬੰਨ ਕੇ ਬੇਨਤੀ ਹੈ, ਭਗਵੰਤ ਮਾਨ ਨੂੰ ਚੰਨ ਸੀਪਾ ਦੇ, ਚਾਹੇ ਨਸ਼ਾ ਬੰਦ ਕਰਵਾ ਦੇ। ਅਸੀਂ ਵੋਟਾਂ ਪਾ ਪਾ ਕੇ ਅਸੀਂ ਇਹ ਕੰਮ ਕੀਤਾ ਸੀ ਵੀ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾਓ। ਨਹੀਂ, ਭਗਵੰਤ ਮਾਨ ਬਾਰਡਰਾਂ ਤੋਂ ਆਉਂਦਾ ਜੀ ਨਸ਼ਾ, ਵੀ ਮੁੰਡੇ ਮਰਦਾ ਨੇ। ਇਹ ਗੱਲ ਕਹਿ ਰਹੇ ਸੀ ਵੀ ਪਹਿਲਾਂ ਨਸ਼ਾ ਵੱਧ ਸੀ, ਪਹਿਲਾਂ ਵੱਧ ਸੀ, ਹੁਣ ਵੱਧ ਹੈ ਜੀ। ਹੁਣ ਇਹਨਾਂ ਨੇ ਪੁੱਕੀ ਕਾਹਤੋਂ ਬੰਦ ਕਰੀ ਜੀ? ਕਾਹਤੋਂ ਬੱਚੇ ਟਰਮਾਡੋਲ ਖਾਣ ਲੱਗੇ, ਕਾਹਤੋਂ ਚਿੱਟਾ ਖਾਣ ਲੱਗੇ, ਕਾਹਤੋਂ ਸਮੈਕ ਪੀਣ ਲੱਗੇ? ਜਦ ਪਹਿਲਾਂ ਭੁੱਕੀ ਆਉਣ ਤੀ ਉਦੋਂ ਕਿੰਨਾ ਚਿੱਟਾ ਤੀ ਜੀ, ਹੈ ਹੁਣ ਹੁਣ ਚਿੱਟਾ ਵੱਧ ਹੋ ਰਿਹਾ, ਸਮੈਕ ਵੱਧ ਹੋ ਰਹੀ ਹੈ। ਇਹ ਸਰਕਾਰਾਂ ਗੰਦੀਆਂ ਦਾ ਵਿੱਚ ਹੱਥ ਹੈ, ਜਦ ਤੱਕਰ ਸਰਕਾਰ ਆਪਦੀ ਜਵਾਨ ਨੂੰ ਨਹੀਂ ਚਿੱਟੇ ਨੂੰ ਨਹੀਂ ਰੋਕ ਸਕਦੀ, ਉਦੋਂ ਤੱਕਰ ਕੋਈ ਹੱਲ ਨਹੀਂ ਹੁੰਦਾ ਜੀ। ਕਿਆ ਸਰਕਾਰ ਸਾਨੂੰ ਇੱਥੇ ਕੁਛ ਲਿਆ ਕੇ ਦੇ ਸਕਦੀ ਹੈ? ਅਸੀਂ ਜਮੀ ਮਰ ਜਾਵਾਂਗੇ ਜਾਂ ਸਾਡੇ ਬੱਚੇ ਮਰ ਗਏ, ਸਾਡਾ ਕੀ ਹੱਲ ਹੈ ਜੀ ਉਰੇ? ਸਾਡਾ ਤਾਂ ਕੋਈ ਹੁਣ ਜਿਉਣ ਦਾ ਧਿਰਗਿਆ ਨਹੀਂ, ਸਾਡਾ 22 ਸਾਲਾਂ ਦਾ ਪੁੱਤ ਮਰ ਗਿਆ, ਅਸੀਂ ਕੀ ਗਾਹਾਂ? ਜਿਹੜੇ ਛੋਟੇ ਬੱਚੇ ਨੇ ਹੁਣ ਐਡੇ ਐਡ ਕੁ ਬੱਚੇ ਨੇ, ਇਹਨਾਂ ਦੀ ਕਿਸਮਾਨੀ ਵੀ ਖਰਾਬ ਹੋਊਗੀ। ਕਿਉਂ? ਅੱਜ ਕੱਲ੍ਹ ਬੱਚੇ ਡਰਦੇ ਹੀ ਨਹੀਂ ਜੀ।
ਇਹ ਤਾਂ ਸਾਰੇ ਪਿੰਡਾਂ 'ਚ ਹੁਣ ਇੰਨਾ ਨਸ਼ਾ ਹੋ ਗਿਆ ਜੀ, ਹੈ ਨਾ, ਇੱਕ ਪਿੰਡ ਦੀ ਗੱਲ ਨਹੀਂ ਜੀ, ਇਹ ਤਾਂ ਸਾਰੇ ਪੰਜਾਬ ਨਸ਼ਿਆਂ 'ਚ ਇੱਕ ਗੁਲਤਾਨ ਹੋ ਗਿਆ। ਜਿਵੇਂ ਕਹਿੰਦੇ ਸਰਕਾਰ ਕਹਿੰਦੀ ਤੀ ਨਕਸ਼ਾ ਮੁਕਤ ਕਰ ਦਾਂਗੇ ਅਸੀਂ, ਮਤਲਬ ਘਰ ਘਰ ਰੁਜ਼ਗਾਰ ਦੇਵਾਂਗੇ, ਹੋਰ ਦੇਵਾਂਗੇ, ਉਹ ਉੱਧਰ ਨੂੰ ਤਾਂ ਹੈ ਹੀ ਨਹੀਂ ਖਿਆਲ। ਹੁਣ ਤਾਂ ਮਤਲਬ ਇੱਧਰ ਨੂੰ ਰੁਝਾਨ ਹੋ ਗਿਆ ਸਾਰਾ, ਕਿਉਂਕਿ ਬੇਰੁਜ਼ਗਾਰੀ ਇੰਨੀ ਹੋ ਗਈ ਜੀ, ਬੱਚਿਆਂ ਨੂੰ ਮਤਲਬ ਹੋਰ ਕਿਸੇ ਪਾਸੇ ਕੋਈ ਦਿਖੇ ਨਹੀਂ ਰਿਹਾ, ਜਾਣੀ ਅਗਲਾ ਇੱਧਰ ਨੂੰ ਨਸ਼ਾ ਕੰਨੀ ਨੂੰ ਪੈ ਜਾਂਦਾ, ਉਹ ਹੁਣ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਨੇ ਜੀ। ਜਿਵੇਂ ਨਾਲ ਦੇ ਪਿੰਡ ਤੁਹਾਡੇ ਇੰਨਾ ਨਸ਼ਾ ਵਿਕਦਾ, ਜੋੜੀਆਂ ਪਿੰਡ ਮਸ਼ਹੂਰ ਹੋ ਗਿਆ, ਕੀ ਕਹਿਣਾ ਚਾਹੁੰਦੇ ਹੋ, ਕੀ ਮੰਗ ਕਰਦੇ ਪ੍ਰਸ਼ਾਸਨ? ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜੀ ਵੀ ਉਹ ਨਸ਼ੇ 'ਤੇ ਠੱਲ ਪਾਉਣ, ਉਹਨਾਂ ਨੂੰ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣ ਲੱਖਾਂ ਵਿੱਚ, ਤਾਂ ਕਿ ਜਿਹੜਾ ਮਤਲਬ ਨਸ਼ਾ ਬੰਦ ਹੋ ਸਕਦਾ, ਜਿਹੜੀ ਸਪਲਾਈ ਜਦ ਬੰਦ ਹੋ ਗਈ ਇੱਥੋਂ ਗਾਹਾਂ ਬੱਚੇ ਆਪੇ ਨਹੀਂ ਖਾਣਗੇ ਜੀ, ਇਹਦਾ ਉਹਦਾ ਕੋਈ ਤਾਂ ਹੀ ਮਤਲਬ ਕੋਈ ਇਲਾਜ ਕਰਵਾਉਣਗੇ ਜਾਂ ਕੋਈ ਹੋਰ ਕਰਨਗੇ। ਪ੍ਰਸ਼ਾਸਨ ਨੂੰ ਜਿਹੜੇ ਬੱਚੇ ਮਤਲਬ ਨਸ਼ਿਆਂ 'ਤੇ ਲੱਗੇ ਨੇ ਉਹਨਾਂ ਨੂੰ ਘਰਦਿਆਂ ਨਾਲ ਮਿਲ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਟ੍ਰੀਟਮੈਂਟ ਦਿੱਤਾ ਜਾਵੇ, ਤਾਂ ਕਿ ਉਹਨਾਂ ਦੀ ਜਿਹੜੀ ਆਉਣ ਵਾਲੀ ਨਸਲ ਆ ਉਹ ਬਚ ਸਕੇ, ਹੈ ਜੀ, ਪਰਿਵਾਰਾਂ ਦੇ ਪਰਿਵਾਰ ਬਚ ਸਕਣ ਜਿਹੜੇ ਉਹਨਾਂ 'ਤੇ ਡਿਪੈਂਡ ਨੇ ਬੱਚਿਆਂ 'ਤੇ। ਉਹਨਾਂ ਦੇ ਇੱਕ ਬੱਚਾ ਜਿਹਦਾ ਇੱਕ ਬੱਚਾ ਹੀ ਖਤਮ ਹੋ ਗਿਆ ਜੀ, ਉਹਦਾ ਦੱਸੋ ਗੈਲ ਕੀ ਬਚ ਗਿਆ, ਉਹਦੇ ਮਾਂ ਬਾਪ ਤਾਂ ਸਾਰੀ ਜ਼ਿੰਦਗੀ ਮਤਲਬ ਉਹਨਾਂ ਕੰਨੀ ਉਹ ਦੇਖਦੇ ਹੁੰਦੇ ਨੇ ਵੀ ਸਾਡਾ ਬੱਚਾ ਕਦ ਜਵਾਨ ਹੋਊ, ਕਦ ਸਾਡੀ ਬੁਢਾਪੇ ਦੀ ਡੰਗੋਰੀ ਬਣੂਗਾ। ਹਾਂਜੀ ਸਰਪੰਚ ਸਾਹਿਬ, ਕੀ ਨਾਮ ਹੈ? ਮੇਰਾ ਨਾਮ ਜੀਵਨ ਸਿੰਘ ਹੈ ਜੀ। ਜੀਵਨ ਸਿੰਘ ਜੀ, ਜਿਹੜੇ ਮੁੰਡੇ ਦੀ ਮੌਤ ਹੋਈ ਆ, ਕੀ ਕਹਿਣਾ ਚਾਹੁੰਦੇ? ਮੌਤ ਹੋਈ ਹੈ ਜੀ, ਬਹੁਤ ਦਰਦਨਾਕ ਮੌਤ ਆ ਜੀ ਇਹ। ਪਰਿਵਾਰ ਸਾਰਾ ਖਤਮ ਹੋ ਗਿਆ, ਮੁੰਡੇ ਦੇ ਨਾਲ ਇਹ ਪਰਿਵਾਰ ਜੁੜਿਆ ਹੋਇਆ ਸੀਗਾ, ਪਰਿਵਾਰ ਹੀ ਖਤਮ ਹੋ ਗਿਆ, ਕਿਉਂਕਿ ਹੁਣ ਮੁੰਡਾ ਤਾਂ ਦੇਖੋ ਨਸ਼ਾ ਖਾ ਕੇ ਮੁੱਕ ਗਿਆ, ਹੁਣ ਪਰਿਵਾਰ ਤਾਂ ਦੇਖੋ ਕੀ ਹਾਲਤ ਆ ਪਰਿਵਾਰ ਦੀ। ਕੋਈ ਵੀ ਇਹਨੂੰ ਜੇ ਆਪਾਂ ਕਹਿ ਦਈਏ ਕੋਈ ਇਹਨੇ, ਅੱਜ ਤਾਂ ਹੈਗੇ ਨੇ ਸਾਰੇ ਬੰਦੇ ਖੜ੍ਹੇ ਨੇ, ਮਦਦ ਕਰਾਂਗੇ ਜੀ। ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਜੋ ਵੀ ਸਖ਼ਤ ਕਦਮ ਚੁੱਕੇ ਜਾ ਸਕਦੇ ਨੇ ਚੁੱਕੇ ਜਾਣ, ਅਤੇ ਇਸ ਯੁੱਗ ਮਾਨਯੋਗ DGP ਸਾਹਿਬ ਵੱਲੋਂ ਵੀ ਸਾਡੇ ਔਨਲਾਈਨ ਕਾਨਫਰੰਸ ਕੀਤੀ ਗਈ, ਅਤੇ ਸਾਡੇ ਮਾਨਯੋਗ SSP ਸਾਹਿਬ ਵੀ ਸਮੇਂ ਸਮੇਂ 'ਤੇ ਸਾਡੇ ਨਾਲ ਮੀਟਿੰਗਾਂ ਕਰਕੇ, ਅਤੇ ਇਸ ਸੰਬੰਧੀ ਵੀ ਕਿਸ ਤਰ੍ਹਾਂ ਜੋ ਨਸ਼ੇ ਦਾ ਰੁਝਾਨ ਵੱਧ ਰਿਹਾ ਇਹਨੂੰ ਠੱਲ ਪਾਈ ਜਾ ਸਕੇ। ਸਭ ਤੋਂ ਪਹਿਲਾਂ ਇਹ ਲੱਗਿਆ ਕਿ ਇਕੱਲੇ ਪੁਲਿਸ ਦੇ ਨਾਲ ਨਹੀਂ ਠੱਲ ਪੈ ਸਕਦੀ, ਲੋਕਾਂ ਦਾ ਸਹਿਯੋਗ ਵੀ ਲਿਆ ਜਾਵੇ, ਉਸ ਤੋਂ ਬਿਨਾਂ ਨਹੀਂ ਠੱਲ ਪੈ ਸਕਦੀ। ਅਤੇ ਇਸ ਕਰਕੇ ਸਭ ਤੋਂ ਪਹਿਲਾਂ ਸਾਡੇ ਕੋਲ 65 ਭਵਾਨੀਗੜ੍ਹ 'ਚ ਪਿੰਡ ਪੈਂਦੇ ਆ, ਹਰ ਪਿੰਡ ਪੱਧਰ 'ਤੇ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ, ਅਤੇ ਆਪਣੀ ਮਰਜ਼ੀ ਨਾਲ ਖਾਸ ਤੌਰ 'ਤੇ ਯੂਥ ਜਿਹੜੇ ਵਾਕਈ ਦਿਲੋਂ ਚਾਹਵਾਨ ਸੀਗੇ ਕਿ ਇਸ ਨਸ਼ੇ ਦੀ ਕੋੜ ਦੀ ਆਦਤ ਨੂੰ ਖਤਮ ਕੀਤਾ ਜਾ ਸਕੇ, ਉਹਨਾਂ ਨੇ ਅੱਗੇ ਹੋ ਕੇ ਅਸੀਂ 5 ਤੋਂ ਲੈ ਕੇ 7 ਬੰਦਿਆਂ ਦੀ ਹਰ ਪਿੰਡ 'ਚ ਵਿੱਚ ਇੱਕ ਰਜਿਸਟਰਡ ਕਮੇਟੀ ਬਣਾ ਤੀ, ਜੋ ਕਿ DC ਸਾਹਿਬ ਦੇ ਆਫਿਸ ਦੇ ਵਿੱਚ ਬਕਾਇਦਾ ਉਹਦਾ ਸਾਰਾ ਰਜਿਸਟਰ ਹੋਊਗਾ, ਅਤੇ ਉਹਨਾਂ ਨੂੰ ਉੱਥੇ ਜਾਣ 'ਤੇ ਕੋਈ ਕੰਮ ਕਰ ਵੀ ਜਾਂਦੇ ਮਾਨ ਸਨਮਾਨ ਮਿਲੂਗਾ। ਉਹਨਾਂ ਵਿੱਚ ਇਹ ਸੀਗਾ ਵੀ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵੇਚਦਾ ਕਿ ਉਹ ਸਾਨੂੰ ਦੱਸੇਗਾ, ਅਤੇ ਅਸੀਂ ਆਪਣੇ ਤੌਰ 'ਤੇ ਵੀ ਗੁਪਤ ਸੋਰਸ ਲਾਏ ਹੋਏ ਨੇ, ਕੁਛ ਮੁਲਾਜ਼ਮ ਸਿਵਲ ਵਰਦੀ ਵਿੱਚ ਸਪੈਸ਼ਲ ਇਸੇ ਕੰਮ ਲਈ ਛੱਡਤੇ ਕਿ ਇਹਨੂੰ ਰੋਕਿਆ ਜਾ ਸਕੇ। ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਆਪਦਾ ਰਿਕਾਰਡ ਵਾਚ ਕੇ ਜਿਨ੍ਹਾਂ 'ਤੇ ਪੁਰਾਣੇ ਮੁਕੱਦਮੇ ਦਰਜ ਨੇ ਜੇਲ੍ਹ 'ਚੋਂ ਰਿਹਾਅ ਹੋ ਕੇ ਆ ਗਏ ਨੇ ਸਮੱਗਲਰ, ਕਿਉਂਕਿ ਸਾਨੂੰ ਪਤਾ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਸੋਰਸ ਲਾ ਕੇ ਵੀ ਉਹਨਾਂ ਦੇ ਆਮਦਨ ਦੇ ਸਾਧਨ ਕੀ ਨੇ, ਪਤਾ ਕਰਾਇਆ ਗਿਆ ਕਿ ਉਹ ਜ਼ਿਆਦਾਤਰ ਜਿਹੜੇ ਨੇ ਨਸ਼ਿਆਂ ਦੀ ਸਮੱਗਲਿੰਗ, ਕਿਉਂਕਿ ਪਹਿਲਾਂ ਭੁੱਕੀ ਫੀਮ ਦਾ ਹੁੰਦਾ ਸੀ, ਹੌਲੀ ਹੌਲੀ ਚਿੱਟੇ ਦਾ, ਇੱਕ ਬਹੁਤ ਥੋੜ੍ਹੀ ਕੁ ਕੁਆਂਟਿਟੀ 'ਚ ਇਹਨੂੰ ਛੁਪਾਉਣਾ ਵੀ ਸੌਖਾ ਉਹਨਾਂ ਵਾਸਤੇ, ਅਤੇ ਇਹਨੂੰ ਓਨਾ ਹੀ ਔਖਾ ਹੋ ਗਿਆ ਪੁਲਿਸ ਵਾਸਤੇ ਲੱਭਣਾ ਵੀ। ਅਤੇ ਇਸ ਕਰਕੇ
ਪਿੰਡ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਬਹੁਤ ਹੀ ਵਧੀਆ ਸਾਨੂੰ ਸਹਿਯੋਗ ਮਿਲਿਆ, ਜਿਨ੍ਹਾਂ ਨੇ ਕਿਹਾ ਕਿ ਜਿਹੜਾ ਵੇਚਦਾ ਉਹਨਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ। ਠੀਕ ਹੈ ਜੀ, ਕੁਛ ਸਾਨੂੰ ਨਸ਼ੇ ਠੀਕ ਹੈ ਪਿੰਡਾਂ 'ਚੋਂ ਮਿਲਦੇ ਨੇ, ਉਹਦੇ ਲਾਉਣ ਲਈ ਸਰਿੰਜਾਂ ਵੀ ਚਾਹੀਦੀਆਂ ਨੇ, ਉਹਦੇ ਲਈ ਅਸੀਂ ਕਮਿਸਟਾਂ 'ਤੇ ਵੀ ਖਾਸ ਤੌਰ 'ਤੇ ਧਿਆਨ ਦਿੱਤਾ, ਉਹ ਸਾਨੂੰ ਪਤਾ ਲੱਗਿਆ ਸੀ ਜਲਦੀ ਵੀ ਡਰੱਗ ਇੰਸਪੈਕਟਰ ਨਾਲ ਲੈ ਕੇ ਜਿਹੜੇ ਸਾਨੂੰ ਸ਼ੱਕੀ ਜੋ ਸਾਨੂੰ ਜਾਪਦੇ ਆ ਉਹਨਾਂ 'ਤੇ ਅਸੀਂ ਜਾ ਕੇ ਦੁਕਾਨਾਂ 'ਤੇ ਰੇਡ ਕਰਕੇ ਉਹ ਵੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊਗੀ।